100 ਰੁਪਏ ਤੋਂ ਥੱਲੇ ਤਾਂ ਇੱਥੇ ਕੋਈ ਆਟੋ ਵਾਲਾ ਤੁਰ ਕੇ ਰਾਜੀ ਨਹੀਂ, ਰਿਕਸ਼ੇ ਵਾਲਾ ਤੁਰ ਕੇ ਰਾਜੀ ਨਹੀਂ, ਆਟੋ ਵਾਲੇ ਤੇ ਰਿਕਸ਼ੇ ਸਾਨੂੰ ਕਹਿ ਰਹੇ ਵੀ ਤੁਸੀਂ ਟੈਕਸੀ ਵਾਲਿਆਂ ਨੇ ਸਾਡਾ ਰੇਟ ਖਰਾਬ ਕਰਤਾ। ਸਾਨੂੰ ਗੱਡੀਆਂ ਦਿੱਤੀਆਂ ਸੀ 32 ਰੁਪਏ CNG ਸੀਗੀ, ਅੱਜ 90 ਰੁਪਏ ਹੋ ਗਈ, ਸਾਡਾ ਰੇਟ ਉਦੋਂ 28 ਰੁਪਏ ਸੀ, ਅੱਜ ਸਾਡਾ ਰੇਟ 10 ਰੁਪਏ ਹੈ। ਇਹ ਕਿੱਥੋਂ ਦਾ ਇਨਸਾਫ ਹੈ ਯਾਰ, ਕਿਉਂਕਿ ਪੈਸੇ ਨਹੀਂ ਹੈ, ਚਾਹ ਵਾਲੇ ਦੇ ਪੈਸੇ ਦੇਣੇ ਹੈ, ਕਮਰੇ ਵਾਲੇ ਦੇ ਪੈਸੇ ਦੇਣੇ ਜਿਹਨਾਂ ਦਾ ਰਹਿ ਰਹੇ ਹੈ, ਟੈਕਸ ਪੂਰਾ ਨਹੀਂ, CNG ਦਾ ਗੈਸ ਪੂਰੀ ਨਹੀਂ, ਟੈਂਕੀ ਨਹੀਂ ਫੁੱਲ ਹੋ ਰਹੀ, ਇੰਸ਼ੋਰੈਂਸ ਨਹੀਂ ਕਰਾ ਪਾ ਰਹੇ। ਸਾਲ ਦਾ ਇੰਸ਼ੋਰੈਂਸ ਅਸੀਂ 6 ਮਹੀਨੇ ਤੋਂ ਛੱਡੋ ਜੀ, 3 ਮਹੀਨੇ ਦਾ ਕਰਾਉਣ ਲੱਗ ਗਏ, ਉਹ ਵੀ ਨਹੀਂ ਹੋ ਰਿਹਾ, ਟਾਇਰ ਬਰਿਆਲ ਤੋਂ ਲੈ ਕੇ ਪਾ ਰਹੇ ਹਾਂ, ਸੀਟ ਕਵਰ ਪੱਟ ਗਏ ਨੇ, ਪੇਪਰ ਪੂਰੇ ਨਹੀਂ ਹੋ ਰਹੇ। ਦੱਸ ਜੀ, ਇੱਕ ਮੈਂ ਰਾਈਡ ਦੀ ਸ਼ੇਅਰ ਕਰਦਾ ਜੀ, ਮੇਰੀ ਖੁਦ ਦੀ ਰਾਈਡ ਲਾਈ ਹੋਈ ਹੈ ਬੈਸਟੈਕ ਮਾਲ ਤੋਂ, ਠੀਕ ਹੈ, ਮੈਨੂੰ 15 ਸੈਕਟਰ ਬੈਲ ਫੈਕਟਰੀ ਦੀ ਰਾਈਡ ਪਈ ਉੱਪਰ ਦੇ ਉੱਤੇ, ਮੈਂ ਉਹ ਸੈਕਟ ਕਰ ਲਈ, ਮੇਰਾ ਘਰ ਬਣੀ ਮਾਜਰੇ ਆਪਣਾ ਬਲਟਾਣੀ ਜੀਰਪੁਰ ਹੈ ਜੀ, ਮੈਂ ਕਿਹਾ ਚਲੋ ਉੱਥੋਂ ਛੱਡ ਕੇ ਮੈਂ ਘਰੇ ਚਲਾ ਜੂੰਗਾ ਯਾਰ, ਚਲੋ ਆਪਣਾ ਖਰਚਾ ਨਿਕਲ ਜੂਗਾ। ਮੈਂ ਜੀ ਉੱਥੋਂ ਚੱਕ ਲਈ, 1 ਘੰਟਾ ਬਾਈ ਜੀ ਮੈਨੂੰ ਉੱਥੇ ਪਹੁੰਚਾਉਣ ਤੇ ਲੱਗਿਆ ਉਹਨੂੰ, ਠੀਕ ਹੈ, 100 ਰੁਪਏ ਮੈਂ ਰਾਈਡ ਦਾ ਟੈਕਸ ਘਟਾਇਆ, 20 ਰੁਪਏ ਆਨਲਾਈਨ ਦੇ, ਕਿਉਂਕਿ ਪਰਚੀ ਪੁਰਚੀ ਵਾਲਾ ਬਹੁਤ ਖਤਮ ਕਰਤੇ ਇਹਨਾਂ ਨੇ ਸਾਰੇ, ਉਹ 20 ਰੁਪਏ ਆਨਲਾਈਨ ਜਿੱਥੋਂ ਕਟਾਉਂਦੇ ਆ 20 ਰੁਪਏ ਉਹਨੂੰ ਐਕਸਟਰਾ ਦਿੱਤੇ, 120 ਰੁਪਏ ਹੋ ਗਏ ਜੀ, 100 ਦੀ CNG ਲੱਗ ਗਈ, 220 ਮੇਰੇ ਲੱਗ ਗਏ। ਜਦੋਂ ਉੱਥੇ ਜਾ ਕੇ ਦੇਖਿਆ ਬਿੱਲ ਨਿਕਲਿਆ 200 ਰੁਪਇਆ, 200 ਚ ਕੱਟ ਕਟਾ ਕੇ ਮੇਰੇ ਪੱਲੇ 139 ਰੁਪਏ ਆਏ, ਮੈਂ ਤਾਂ 90 ਰੁਪਏ ਆਪਦੇ ਪੱਲੋਂ ਪਾ ਕੇ ਦੇ ਆ, ਤੇ ਮੈਂ ਕੀ ਕਰ, ਮੈਂ ਦੇਖੀ ਜਾਂਦਾ ਯਾਰ ਆਹ ਕੀ ਹੋਇਆ ਮੇਰੇ ਨਾਲ, ਤੇ ਸਾਰੇ ਨਾਲ ਹੀ ਐਂ ਹੋ ਰਿਹਾ ਜੀ। ਮੈਂ ਕਹਿੰਦਾ ਵੀਰੇ ਸਾਡੀ ਗੱਡੀ ਲੈ ਕੇ ਚਲਾ ਕੇ ਦੇਖ ਲਓ, ਮਹੀਨਾ ਜੇ ਕਿਸ਼ਤ ਵੀ ਕੱਢ ਲਓ, ਰੋਟੀ ਜੋਗੇ ਪੈਸੇ ਵੀ ਬਚ ਜਾਣ ਤੁਹਾਨੂੰ, ਇਹ ਗੱਲਾਂ ਹੀ ਹੈ, ਕਿਰਾਏ ਪੂਰੇ ਨਹੀਂ ਹੋ ਰਹੇ। CNG ਪੰਪਾਂ ਤੇ ਦੇਖੋ ਸਾਡੇ ਭਰਾ 100-150 CNG ਪਵਾ ਕੇ ਜਾ ਰਹੇ ਨੇ ਚੋਰੀ, ਕਿਉਂਕਿ ਪੈਸੇ ਨਹੀਂ ਹੈ, ਚਾਹ ਵਾਲੇ ਦੇ ਪੈਸੇ ਦੇਣੇ ਹੈ, ਕਮਰੇ ਵਾਲੇ ਦੇ ਪੈਸੇ ਦੇਣੇ ਜਿਹਨਾਂ ਨਾਲ ਰਹਿ ਰਹੇ ਹੈ, ਟੈਕਸ ਪੂਰਾ ਨਹੀਂ, CNG ਦਾ ਗੈਸ ਪੂਰੀ ਨਹੀਂ, ਟੈਂਕੀ ਨਹੀਂ ਫੁੱਲ ਹੋ ਰਹੀ, ਇੰਸ਼ੋਰੈਂਸ ਨਹੀਂ ਕਰਾ ਪਾ ਰਹੇ। ਸਾਲ ਦਾ ਇੰਸ਼ੋਰੈਂਸ ਅਸੀਂ 6 ਮਹੀਨੇ ਤੋਂ ਛੱਡੋ ਜੀ, 3 ਮਹੀਨੇ ਦਾ ਕਰਾਉਣ ਲੱਗ ਗਏ, ਉਹ ਵੀ ਨਹੀਂ ਹੋ ਰਿਹਾ, ਟਾਇਰ ਬਰਿਆਲ ਤੋਂ ਲੈ ਕੇ ਪਾ ਰਹੇ ਹਾਂ, ਸੀਟ ਕਵਰ ਪੱਟ ਗਏ ਨੇ, ਪੇਪਰ ਪੂਰੇ ਨਹੀਂ ਹੋ ਰਹੇ, ਔਰ ਐਂਡ ਤੇ ਆ ਕੇ ਕੀ ਕਰਨਾ ਹੈ, ਪ੍ਰਸ਼ਾਸਨ ਨੇ ਜਦੋਂ ਸਾਡੀ ਗੱਡੀ ਘੇਰ ਲਈ, ਕਿਉਂਕਿ ਇਹਨਾਂ ਨੂੰ ਤਾਂ ਵਾਈਟ ਪਲੇਟ ਵਾਲੇ ਦਿਖਦੇ ਨਹੀਂ, ਸਾਡੀ ਦਿਖਦੀ ਹੈ, ਜਦੋਂ ਦਿਖਦੀ ਹੈ ਚਲਾਨ ਕੱਟ ਦਿੰਦੇ 20,000 ਦਾ, ਚੱਕ ਬਈ ਤੇਰਾ ਪਰਮਿਟ ਪੂਰਾ ਨਹੀਂ ਲੈ ਜਾ ਲੈ। ਡਰਾਈਵਰ ਯੂਨੀਅਨ ਜਿੰਦਾਬਾਦ, ਡਰਾਈਵਰ ਯੂਨੀਅਨ ਜਿੰਦਾਬਾਦ, ਡਰਾਈਵਰ ਯੂਨੀਅਨ ਜਿੰਦਾਬਾਦ। ਅਸੀਂ ਕਹਿੰਦੇ ਆ ਸਾਨੂੰ ਜਾਂ ਤਾਂ ਇੱਕੋ ਵਾਰੀ ਮਾਰ ਦਿਓ, ਜਾਂ ਸਾਨੂੰ ਘੁੱਟ ਘੁੱਟ ਕੇ ਜੀਣ ਵਾਲਾ ਸਾਡਾ ਕੰਮ ਖਤਮ ਕਰਾ ਦਿਓ, ਅਸੀਂ ਸਾਡੀ ਜਿਹੜੀ ਆਜ਼ਾਦੀ ਆ ਉਹਨੂੰ ਕਿਸੇ ਤਰੀਕੇ ਨਾਲ ਸਾਬਤ ਕਰਾਓ, ਕਿਸ ਤਰੀਕੇ ਨਾਲ ਇਨਸਾਫ ਦਵਾ ਸਕਦੇ ਹੋ। ਤੁਹਾਨੂੰ IAS ਆਫੀਸਰ ਇੰਨੇ ਵਧੀਆ ਵਧੀਆ ਪੋਸਟਾਂ ਦਿੱਤੀਆਂ ਨੇ, ਬਹੁਤ ਪੜ੍ਹੇ ਲਿਖੇ ਹੋ, ਸੂਝਵਾਨ ਹੋ, ਸਾਡਾ ਡਰਾਈਵਰ ਜਿਹੜਾ ਹੈ ਨਾ ਜੋ ਪਹਿਲਾਂ ਵਾਲਾ ਡਰਾਈਵਰ ਨਹੀਂ ਰਿਹਾ, ਪੜ੍ਹਿਆ ਲਿਖਿਆ ਡਰਾਈਵਰ ਇਸ ਲਾਈਨ ਦੇ ਵਿੱਚ ਆ ਗਿਆ 2019 ਤੋਂ ਬਾਅਦ, ਕੋਵਿਡ ਤੋਂ ਬਾਅਦ, ਠੀਕ ਹੈ ਜੀ। ਮੈਂ ਵੀ ਪੜ੍ਹਿਆ ਲਿਖਿਆ ਬਹੁਤ, ਮੈਂ 2022 ਚ ਗੱਡੀ ਪਾਈ ਹੈ, ਪਰ ਮੇਰਾ ਕਹਿਣ ਦਾ ਮਕਸਦ ਹੈ ਕਿ ਹੁਣ ਸਾਨੂੰ ਬੇਵਕੂਫ ਨਾ ਸਮਝਿਆ ਜਾਵੇ, ਅਸੀਂ ਆਪਦੀ ਲੜਾਈ ਜ਼ਰੂਰ ਲੜਾਂਗੇ ਔਰ ਅੰਤ ਤੱਕ ਲੜਾਂਗੇ, ਪਰ ਜੇ ਪ੍ਰਸ਼ਾਸਨ ਨੇ ਗੋਲਮੋਲ ਵਾਲੀ ਜਿਹੜੀ ਗੱਲ ਆ ਉਹ ਕਲੀਅਰ ਕਰਕੇ ਸਾਨੂੰ ਦੱਸ ਦੇ ਵੀ ਅਸੀਂ ਆਹ ਕਰ ਸਕਦੇ ਨਹੀਂ ਕਰ ਸਕਦੇ, ਨਹੀਂ ਕਰ ਸਕਦੇ ਤੇ ਫਿਰ ਅਸੀਂ ਆਪਦੇ ਤਰੀਕੇ ਨਾਲ ਕਰਾਂਗੇ ਜੋ ਅਸੀਂ ਸ਼ੁਰੂਆਤ ਕਰਤੀ ਹੈ। ਔਰ ਪਬਲਿਕ ਨੂੰ ਅਸੀਂ ਬੇਨਤੀ ਕਰਦੇ ਹਾਂ ਸਾਡਾ ਸਾਥ ਦਿਓ, 10-20-50 ਰੁਪਏ ਤੁਹਾਨੂੰ ਅੱਜ ਐਕਸਟਰਾ ਲੱਗਦੇ ਆ, ਪਰ ਉਹ ਸਾਡਾ ਹੱਕ ਹੈ, 34 ਰੁਪਏ ਅਸੀਂ AC ਟੈਕਸੀ ਦਾ ਰੇਟ ਲੈ ਸਕਦੇ ਹਾਂ, 2022 ਦਾ ਨੋਟੀਫਿਕੇਸ਼ਨ ਹੈ, 23 ਚ ਵੀ ਰੇਟ ਨਹੀਂ ਕੱਢਿਆ, 24 ਚ ਵੀ ਨਹੀਂ ਰੇਟ ਕੱਢਿਆ, ਇਹ ਰੇਟ 50 ਰੁਪਏ ਹੋ ਜਾਣਾ ਸੀ ਹੁਣ ਜੇ ਦੋ ਵਾਰੀ ਨੋਟੀਫਿਕੇਸ਼ਨ ਆ ਜਾਂਦਾ, ਮਹਿੰਗਾਈ ਦਰ ਦੇ ਹਿਸਾਬ ਨਾਲ। ਜਦੋਂ ਸਾਨੂੰ ਗੱਡੀਆਂ ਦਿੱਤੀਆਂ ਸੀ 32 ਰੁਪਏ CNG ਸੀਗੀ, ਅੱਜ 90 ਰੁਪਏ ਹੋ ਗਈ, ਸਾਡਾ ਰੇਟ ਉਦੋਂ 28 ਰੁਪਏ ਸੀ, ਅੱਜ ਸਾਡਾ ਰੇਟ 10 ਰੁਪਏ ਹੈ, ਇਹ ਕਿੱਥੋਂ ਦਾ ਇਨਸਾਫ ਹੈ ਯਾਰ। ਜਦੋਂ ਅੱਜ ਤੋਂ 4-5 ਸਾਲ ਪਹਿਲਾਂ ਅਸੀਂ ਖਰੜ ਜਾਂਦੇ ਸੀ, ਰੇਲਵੇ ਸਟੇਸ਼ਨ ਜਾਂਦੇ ਸੀ, ਏਅਰਪੋਰਟ ਜਾਂਦੇ ਸੀ, 1,000-1,500 ਥੱਲੇ ਬਾਈ ਜੀ ਅਸੀਂ ਜਾਂਦੇ ਨਹੀਂ ਸੀ, 120 ਰੁਪਏ ਦੀ ਰਾਈਡ ਪੈ ਰਹੀ ਏਅਰਪੋਰਟ ਦੀ, ਤੇ 170 ਰੁਪਏ ਦੀ ਪਾਰਕਿੰਗ ਹੈ, ਕਸਟਮਰ ਕਹਿੰਦਾ ਮੈਂ ਕਿਉਂ ਦਵਾਂ, ਮੈਨੂੰ ਤਾਂ ਡ੍ਰੌਪ ਹੋਣਾ, ਭਈਆ ਮੈਂ ਸਵਾਰੀ ਕੈਸੇ ਉਠਾਊਂਗਾ, ਮੇਰੇ ਸਵਾਰੀ ਉਠਾਣੀ ਤਾਂ ਵਹੀਂ ਸੇ ਹੈ ਨਾ, ਪਾਰਕਿੰਗ ਮੈਂ ਖੜਾਊਂਗਾ ਤਭੀ ਸਵਾਰੀ ਆਏਗੀ, 2-3 ਘੰਟੇ ਮੇ, ਔਰ 6 ਕਿਲੋਮੀਟਰ ਬਾਹਰ ਆਉਣਾ ਪੈਂਦਾ, ਸਹੀ ਗੱਲ ਹੈ, ਤੋ 6 ਕਿਲੋਮੀਟਰ ਜਾਣ ਦੇ 6 ਕਿਲੋਮੀਟਰ ਆਉਣ ਦੇ ਪੈਸੇ ਕੋਈ ਨਹੀਂ, ਜਿਹੜਾ ਬੰਦਾ ਸਾਡਾ ਪਿਕ ਕਰਨ ਜਾਂਦਾ ਜੀ, ਤੁਸੀਂ ਕਹਿੰਦੇ ਹੋ ਕਿਲੋਮੀਟਰ ਦੇ ਪੈਸੇ, ਸਾਨੂੰ ਪੈਸੇ ਮਿਲਦੇ ਜੀ ਜਿੱਥੋਂ ਅਸੀਂ ਪਿਕ ਕਰ ਲਿਆ ਜਿੱਥੇ ਛੱਡਤਾ, 8 ਕਿਲੋਮੀਟਰ ਜਿਹੜਾ ਅਸੀਂ 2-2 ਕਿਲੋਮੀਟਰ 3-3 ਕਿਲੋਮੀਟਰ 4-4 ਕਿਲੋਮੀਟਰ 8-8 ਕਿਲੋਮੀਟਰ ਤੋਂ ਕਸਟਮਰ ਨੂੰ ਪਿਕ ਕਰਨ ਜਾਂਦੇ ਆ, ਉਹਦੇ ਪੈਸੇ 0, ਕੋਈ ਨਹੀਂ। ਅਗਰ 10 ਰਾਈਡਾਂ ਲਾਈਆਂ 3 ਕਿਲੋਮੀਟਰ ਹਿਸਾਬ ਲਾ ਲਓ, 30 ਰੁਪਏ ਸਾਡੇ ਹੋ ਗਏ, 30 ਕਿਲੋਮੀਟਰ ਹੋ ਗਏ, ਤੇ ਸਾਡੀ ਤਾਂ 200 ਦੀ CNG ਚਲੀ ਗਈ ਉਹਦੇ ਚ, ਉਹਦਾ ਕੋਈ ਹਿਸਾਬ ਹੀ ਨਹੀਂ।
ਇਹ ਸਾਰੀਆਂ ਕੰਪਨੀਆਂ ਹੀ ਕਰਦੀਆਂ ਨੇ। ਬਿਲਕੁਲ ਜੀ, ਜਦੋਂ ਦਿੱਲੀ ਸਰਕਾਰ ਨੇ ਪਰਸੋਂ ਨੋਟੀਫਿਕੇਸ਼ਨ ਚ ਕਰਤਾ ਵੀ 13 ਰੁਪਏ ਜਿਹੜਾ ਰੇਟ ਸੀਗਾ ਏਸੀ ਟੈਕਸੀ ਦਾ, ਉਹ ਅਸੀਂ 20 ਰੁਪਏ ਕਰਤਾ, ਓਲ ਓਵਰ ਚ ਲਾਗੂ ਹੋਊਗਾ। ਜਦੋਂ ਮਹਾਰਾਸ਼ਟਰ ਪੁਣੇ ਦੇ ਵਿੱਚ ਆਰਟੀਓ ਸੁਹਾਸ਼ ਜੀ ਨੇ ਉੱਥੇ ਓਲਾ ਉਬਰ ਦਾ ਲਾਇਸੈਂਸ ਕੈਂਸਲ ਕਰਤਾ, ਕਿਉਂ ਕੀਤਾ? ਜਿਹੜੀ ਐਗਰੀਗੇਟਰ ਗਾਈਡਲਾਈਨ ਦੀ ਮੈਂ ਗੱਲ ਕਰਦਾ ਜਿਹਦੇ ਅਧੀਨ ਉਹਨਾਂ ਨੂੰ ਲਾਇਸੈਂਸ ਦਿੱਤਾ, ਉਹਦੇ ਚ ਲਿਖਿਆ ਕਿ ਜਿਹੜਾ ਗੱਡੀ ਅਟੈਚ ਕਰੂਗਾ ਡਰਾਈਵਰ ਉਹਦਾ 5 ਲੱਖ ਦਾ ਇੰਸ਼ੋਰੈਂਸ ਮੈਡੀਕਲ ਉਹ ਕੰਪਨੀ ਕਰਾ ਕੇ ਦੇਊਗੀ, ਓਲਾ ਉਬਰ ਜਿਹਦੇ ਚ ਵੀ ਅਟੈਚ ਕਰਦਾ ਜਿਹਦੇ ਕੋਲ ਲਾਇਸੈਂਸ ਹੈ, ਤੇ 10 ਲੱਖ ਦਾ ਟਰਮ ਇੰਸ਼ੋਰੈਂਸ ਕਰਾ ਕੇ ਦੇਊਗੀ। ਉਹ ਪੁਣੇ ਚ ਕਿਸੇ ਦਾ ਨਹੀਂ ਹੋਇਆ, ਉਹਨੇ ਆਰਟੀਓ ਨੇ ਚੱਕ ਕੇ ਲਾਇਸੈਂਸ ਕੈਂਸਲ ਕਰਤਾ ਵੀ ਇਹਨਾਂ ਦਾ ਇੰਸ਼ੋਰੈਂਸ ਕਰਾਓ, ਮੈਨੂੰ 1 ਮਹੀਨੇ ਦੇ ਜਵਾਬ ਦਿਓ, ਮੈਂ ਤਾਰ ਨਿਊ ਕਰੂੰਗਾ ਨਹੀਂ ਤਾਂ ਕੈਂਸਲ ਹੈ। ਤੇ ਪਰ ਸਾਡੇ ਵਾਲੇ ਕੀ ਕਰਦੇ ਇੱਥੇ? ਇੱਥੇ ਰੂਲ ਅਲੱਗ ਹੈ, ਇਹ ਸਾਡੇ ਦੇਸ਼ ਦੀ ਰਾਜਧਾਨੀ ਨਹੀਂ, ਇੱਥੇ ਕੋਈ ਸਾਡਾ ਕੋਈ ਮਤਲਬ ਨਹੀਂਗਾ। ਜਿਹੜੀ ਕਰਨਾਟਕ ਸਰਕਾਰ ਹੈ ਉਹਦੇ ਚ ਜਿਹੜਾ 4 ਕਿਲੋਮੀਟਰ ਦਾ 100 ਰੁਪਇਆ ਤੈਅ ਹੋ ਗਿਆ ਜੀ ਹਰੇਕ ਐਪ ਤੇ, ਠੀਕ ਹੈ, ਤੇ ਇੱਥੇ ਤੈਅ ਨਹੀਂ ਹੈ, ਉਹੀ ਅਸੀਂ ਕਹਿ ਰਹੇ ਹਾਂ ਵੀ ਅਸੀਂ ਤੈਅ ਕਰ ਦੋ, ਤੁਸੀਂ ਉੱਥੋਂ ਦਾ ਆਰਡਰ ਲੈ ਕੇ ਇੱਥੇ ਪਾਸ ਕਰਾ ਦਿਓ, ਸਰਕਾਰੀ ਐਪ ਬਣਾ ਦਿਓ, ਇਹਨਾਂ ਤੋਂ ਛੁੜਾ ਦਿਓ ਸਾਨੂੰ, ਠੀਕ ਹੈ। ਕੋਈ ਗੱਲ ਤੁਹਾਨੂੰ ਸੁਣ ਕੇ ਰਾਜੀ ਨਹੀਂ, ਕਹਿੰਦੇ ਲੈ ਅਸੀਂ ਤਾਂ 10 ਰੁਪਏ ਕਿਲੋਮੀਟਰ ਨੂੰ ਸਰਕਾਰੀ ਐਪ ਚਲਾਵਾਂਗੇ, ਪਰ ਸਾਡੀ ਜਾਨ ਨੂੰ ਤਾਂ ਇੱਕ ਹੋਰ ਸੱਪ ਪਾਉਂਗੇ, ਤੁਸੀਂ ਇੱਕ ਗੱਲ 'ਚ ਤਾਂ ਸੱਪ ਲਾਉਣੇ ਆ, ਤੁਸੀਂ ਦੂਜਾ ਪਾ ਦਿੰਦੇ ਹੋ। ਓਲਾ ਉਬਰ ਦਾ ਲਾਇਸੈਂਸ ਹੈ ਨਹੀਂ ਜੀ, ਉਬਰ ਚੱਲ ਰਹੀ ਹੈ ਸਿਰੇ ਆਮ 8 ਰੁਪਏ ਕਿਲੋਮੀਟਰ ਦੇ ਵੀ ਚੱਲ ਰਹੀ ਆ, ਉਹ ਕਹਿੰਦੇ ਅਸੀਂ 7 ਦਵਾਂਗੇ, ਹਾਂਜੀ, ਸਾਨੂੰ ਇੰਟਰਵਰ ਤੇ 100 ਰੁਪਏ ਦੀ ਰਾਈਡ ਪੈਂਦੀ ਸੀ 2 ਮਹੀਨੇ ਪਹਿਲਾਂ, ਉਹ ਅੱਜ 40 ਰੁਪਏ ਦੀ ਪੈਣ ਲੱਗ ਗਈ, 20 ਦੀ ਵੀ ਆ ਗਈ, 25 ਦੀ ਵੀ ਆ ਗਈ, ਉਹਨਾਂ ਨਾਲ ਕਰਦੇ ਕਹਿੰਦੇ ਅਸੀਂ 10 ਰੁਪਏ ਦੀ ਦਵਾਂਗੇ ਤੁਸੀਂ ਨਾ ਚਲਾਓ। ਅਸੀਂ ਜਾਈਏ ਕਿੱਥੇ, ਜੇ ਨਹੀਂ ਚਲਾਉਂਦੇ ਤਾਂ ਮਾਰਦੇ ਆਈਡੀ ਬਲੌਕ ਕਰ ਦਿੰਦੇ ਆ, ਤੇ ਕਸਟਮਰ ਉੱਥੇ ਬੈਠਾ ਬੋਕੀ ਆਨਲਾਈਨ ਕਰ ਰਿਹਾ, ਸਾਡੀ ਗੱਡੀ ਖੜੀ ਹੈ, ਆਟੋ ਵਾਲੇ ਨੂੰ ਤਾਂ ਆਵਾਜ਼ ਮਾਰ ਕੇ ਅਗਲਾ ਲੈ ਜਾਂਦਾ, ਸਾਨੂੰ ਅਗਲਾ ਕਹਿੰਦਾ ਆਨਲਾਈਨ, ਉਹ ਕੋਲੇ ਖੜੀ ਹੈ ਟੈਕਸੀ ਨੂੰ ਆਵਾਜ਼ ਮਾਰ ਕੇ ਨਹੀਂ ਪੁੱਛ ਰਿਹਾ, ਅਸੀਂ ਜਾਈਏ ਤੇ ਜਾਈਏ ਕਿੱਥੇ, ਅਸੀਂ ਤਾਂ ਫਸ ਗਏ ਹਾਂ। ਔਰ ਫਸਾਉਣ ਵਾਲੇ ਸਾਡੇ ਪ੍ਰਸ਼ਾਸਨ ਹੈ ਜਿਨ੍ਹਾਂ ਨੂੰ ਲਾਇਸੈਂਸ ਦੇਈ ਜਾ ਰਿਹਾ, ਜੇ ਪਬਲਿਕ 50 ਲੱਖ ਹੈ ਤੇ 10,000 ਗੱਡੀ ਕੱਢੋ ਨਾ ਸਾਲ ਦੀ, ਉਹ ਬਿਨਾਂ ਧੜੇ ਧੜ ਗੱਡੀਆਂ ਦੇ ਲਾਇਸੈਂਸ ਦੇਈ ਜਾਂਦੇ, ਪਰਮਿਟ ਦੇਈ ਜਾਂਦੇ ਆ, 19,000 ਰੁਪਏ ਚ ਔਰ ਨਵੀਂ ਆ ਗਈ, ਟੈਂਪਰੇਰੀ ਨੰਬਰ ਚੱਲੀ ਜਾਂਦੇ ਜਿਹਦੇ ਕੋਲ ਪਰਮਿਟ ਵੀ ਹੈ ਨਹੀਂ ਹਜੇ ਤਾਈਂ, ਤੇ ਕੋਈ ਕਾਰਵਾਈ ਨਹੀਂ, ਪੰਜਾਬ ਸਰਕਾਰ 'ਚ 8 ਮਹੀਨੇ ਦਾ ਨੰਬਰ ਹੀ ਨਹੀਂ ਲੱਗਦਾ, ਉਹ ਭੁੱਖਾ ਮਰ ਰਿਹਾ ਵਿਚਾਰਾ, ਉਹ ਕੋਈ ਵੀ ਇਲੀਗਲ ਐਪ ਚੱਕਦਾ ਜਿਹਦੇ 'ਚ ਟੈਂਪਰੇਰੀ ਨੰਬਰ ਅਟੈਚ ਹੋ ਜਾਂਦੀ ਆ ਉਹ ਚਲਾਈ ਜਾਂਦਾ, ਜਿੱਦਣ ਘਟਨਾ ਵਾਪਰਦੀ ਹੈ ਨਾ ਉਹਨੂੰ ਵਿਚਾਰੇ ਨੂੰ ਇੰਸ਼ੋਰੈਂਸ ਮਿਲਦਾ ਨਾ ਉਹਨੂੰ ਪੈਸੇ ਮਿਲਦੇ ਆ, ਉਲਟਾ ਪ੍ਰਸ਼ਾਸਨ ਉਹਦੇ ਹੋਰ ਪਰਚਾ ਦਰਜ ਕਰ ਦਿੰਦਾ ਇੱਕ ਅੱਧਾ। ਸਹੀ ਹੈ, ਅਸੀਂ ਸਾਰੇ ਡਰਾਈਵਰ ਭਰਾ ਬਣ ਕੇ ਜੀ ਇਹ ਬੇਨਤੀ ਕਰਦੇ ਹਾਂ ਪਬਲਿਕ ਨੂੰ, ਬੜੇ ਪਿਆਰ ਨਾਲ ਇੱਜ਼ਤ ਨਾਲ ਅਸੀਂ ਦੱਸ ਰਹੇ ਹਾਂ ਇੱਥੋਂ ਕਿ ਸਾਡਾ ਹਾਲ ਹੈ ਜੀ, ਸਾਡਾ ਸਾਥ ਦਿਓ, ਸਾਡੇ ਬੱਚੇ ਭੁੱਖੇ ਮਰਨ ਦੇ ਕਗਾਰ ਤੇ ਹੈ, ਸਾਨੂੰ ਨਹੀਂ ਚਾਹੀਦੀ ਰਿਕਸ਼ੇ ਦੀ ਸਵਾਰੀ, 60 ਰੁਪਏ 50 ਰੁਪਏ ਤੁਸੀਂ ਜਿਹਦੇ ਤੇ ਜਾਣਾ ਈ ਰਿਕਸ਼ਾ ਵੀ ਖੜਾ ਹੈ, ਆਟੋ ਵੀ ਖੜਾ, ਉੱਥੇ ਜਾ ਸਕਦੇ ਹੋ, ਸਾਡੀ ਕੋਈ ਜਦਾਈ ਨਹੀਂ, ਸਾਡੀ ਜਦਾਈ ਹੈ ਜੀ 25 ਰੁਪਏ AC 20 ਰੁਪਏ ਨੋਨ AC, ਜਿਹੜੀ ਮਰਜ਼ੀ ਗੱਡੀ ਹੈ ਤੇ ਬੈਠੋ ਤੇ ਚਲੇ ਜਾਓ, ਕਿੰਨੇ ਕਿਲੋਮੀਟਰ ਗੱਡੀ ਚੱਲੂਗੀ ਪੈਸੇ ਦੇ ਦਿਓ, ਪੈਸੇ ਦੇ ਦਿਓ, ਗੂਗਲ ਪੇ ਕਰੋ, ਆਨਲਾਈਨ ਕਰੋ, ਮੈਪ ਦੀ ਦਿੱਕਤ ਹੈ ਨਾ ਮੈਪ ਚਲਾ ਕੇ ਚਲੇ ਜਾਓ। ਹੁਣ ਕਸਟਮਰ ਕਹਿੰਦਾ ਸਾਡੀ ਭੈਣ ਕਹਿੰਦੀ ਸੇਫਟੀ ਫੀਚਰ, ਮੈਂ ਕਹਿੰਦਾ ਜਿਹੜੀ ਐਪ ਤੇ ਬੁੱਕ ਕਰ ਰਹੇ ਹੋ ਉਹ ਤੇ ਫੋਨ ਕਰਕੇ ਪੁੱਛ ਲਓ ਟ੍ਰੈਫਿਕ ਵਾਲੇ ਨੂੰ, ਕਿਸੇ ਨੂੰ ਕਰ ਲਓ ਕਾਲ, ਜੇ ਤੁਹਾਡੇ ਕੋਲ 1.5 ਘੰਟਾ ਕੋਈ ਆ ਜੇ ਕਿੱਥੋਂ ਜਾਈਏ, ਹੁਣ ਅਸੀਂ ਕੋਟ ਜਾਈਏ ਸਾਡੇ ਕੋਲ ਤਾਂ 10-10 ਰੁਪਏ ਇਕੱਠੇ ਨਹੀਂ ਹੁੰਦੇ, ਚਾਹ ਵਾਸਤੇ ਅਸੀਂ 1.5 ਘੰਟਾ ਵੇਟ ਕਰਦੇ ਯਾਰ, ਕੋਈ ਚੰਗੀ ਰਾਈਡ ਲੱਗ ਜੇ ਯਾਰ, ਹਾਂਜੀ ਕੁਝ ਖਾ ਲਾਂਗੇ, ਅਸੀਂ ਵੀ ਤਾਂ ਜਾਣੇ ਗਏ ਯਾਰ, ਅਸੀਂ ਵੀ ਆਪਦੀ ਫੈਮਿਲੀ ਨੂੰ ਲੈ ਕੇ ਕਿਤੇ ਲੈਂਟੇ ਵਾਲੇ ਕਿਧਰ ਘੁੰਮਣ ਆ ਜਾਈਏ, ਅਸੀਂ ਤਾਂ ਗੇਟ ਦੇ ਅੰਦਰ ਵੜਨ ਦੇ ਕੋਈ ਸੋਚ ਸਕਦੇ, ਤੇ ਕੋਈ ਖਰਚਾ ਹੀ ਇੰਨਾ। ਦੋਸਤੋ, ਚੰਡੀਗੜ੍ਹ ਦੇ ਵਿੱਚ ਤੁਸੀਂ ਘੁੰਮਣ ਆਉਣੇ ਹੋ ਤਾਂ ਤੁਸੀਂ ਦੇਖਦੇ ਹੋ ਵੀ ਆਪਾਂ ਜਦੋਂ ਵੀ ਕਿਤੇ ਘੁੰਮਣ ਆਉਣੇ ਆ ਤਾਂ ਆਪਾਂ ਕੈਬ ਬੁੱਕ ਕਰ ਦਿੰਦੇ ਆ। ਇਹ ਵੀਰਾਂ ਦੀ ਜਿਹੜੀ ਬਹੁਤ ਵੱਡੀ ਮਿਹਨਤ ਆ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ 10-10, 20-20 ਰੁਪਏ ਪੈਸੇ ਜਿਹੜੀਆਂ ਉਹ ਰਾਈਡਾਂ ਬੁੱਕ ਕਰਦੇ ਨੇ, ਪਰ ਉਹਦਾ ਫਾਇਦਾ ਇਹਨਾਂ ਨੂੰ ਕੋਈ ਨਹੀਂਗਾ, ਕਿਉਂਕਿ ਇਹਨਾਂ ਨਾਲੋਂ ਵੱਧ ਜਿਹੜੀ ਕਮਾਈ ਆ ਉਹ ਇੱਥੇ ਬਾਈਕ ਵਾਲੇ ਜਾਂ ਆਟੋ ਵਾਲੇ ਕਰ ਰਹੇ ਨੇ। ਇਹਨਾਂ ਨੂੰ ਜਿਹੜਾ ਬਹੁਤ ਘੱਟ ਰੇਟ ਆ ਜਿਹੜਾ ਉਹ ਮਿਲ ਰਿਹਾ, ਪਿਛਲੇ ਕਾਫੀ ਸਮੇਂ ਤੋਂ ਲੜਾਈ ਲੜਦੇ ਆ ਰਹੇ ਨੇ, ਹੁਣ ਇਹਨਾਂ ਨੇ ਇੱਕ ਨਵੀਂ ਮੁਹਿੰਮ ਜਿਹੜੀ ਤੋਰੀ ਆ ਵੀ ਜੇਕਰ ਕੋਈ ਲਾਂਟੇ ਜਾਂ ਚੰਡੀਗੜ੍ਹ 43 ਆਉਂਦਾ ਗਾ ਤਾਂ ਇੱਥੋਂ ਕੈਬ ਨਹੀਂ ਬੁੱਕ ਹੋਊਗੀ, ਇੱਥੋਂ ਇਹ ਆਪ ਕਿਸੇ ਮਰਜ਼ੀ ਗੱਡੀ ਦੇ ਵਿੱਚ ਬਹਿ ਕੇ ਆ ਕੇ ਕਸਟਮਰ ਬਹਿ ਸਕਦਾ ਗਾ,
25 ਰੁਪਏ ਦੇ ਹਿਸਾਬ ਨਾਲ ਜਿਹੜਾ ਉਹ ਰੇਟ ਜਿਹੜਾ ਦੇ ਸਕਦਾ, ਕਿਤੇ ਵੀ ਜਾ ਸਕਦਾ ਗਾ। ਦੋਸਤੋ ਜੇਕਰ ਪੰਜਾਬੀ ਹੋ ਵੱਧ ਤੋਂ ਵੱਧ ਬਾਈਆਂ ਦੀ ਜਿਹੜੀ ਇਹਨਾਂ ਦੀ ਹੈਲਪ ਕਰੋ ਤਾਂ ਜੋ ਇਹ ਬਾਈ ਵੀ ਜਿਹੜੀ ਆਪਣੀ ਰੋਟੀ ਰੋਜ਼ੀ ਰੋਟੀ ਖਾਂਦੇ ਹੋ ਜਾਣ। ਧੰਨਵਾਦ ਦੋਸਤੋ।